ਇਹਦਾ ਨਾਮ ਜੋਰਾ ਹਾਂਜੀ ਤੇ ਕਿੰਨੀ ਏਜ ਆ ਇਹਦੀ ਤੇ ਇਹਨਾਂ ਦਾ ਇੱਕ ਦਾਦੇ ਪਰਦਾਦਿਆਂ ਦਾ ਟਾਈਮ ਦਾ ਹੀ ਰੱਖਿਆ ਜਾਵੇ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵਧੀਆ ਤੇ ਸਿਆਣਾ ਜਾਨਵਰ ਬਹੁਤ ਹੀ ਵਧੀਆ ਤੇ ਪੂਰੀ ਘੈਂਟ ਲਾਈਨ ਦਾ ਇਹ ਘੋੜਾ ਮੀਟਿੰਗ ਵਾਸਤੇ ਤਿਆਰ ਆ ਬਾਕੀ ਬਾਈ ਹੋਣਾ ਦਾ ਜਿਹੜਾ ਰਹਿਣ ਬਸੇਰਾ ਬਣਾਇਆ ਹੋਇਆ ਜਿਹੜਾ ਜਾਨਵਰਾਂ ਵਾਸਤੇ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਠੰਡਾ ਰਹਿੰਦਾ ਪੂਰਾ ਦੂਜੀ ਛੱਤ ਵਾਲਾ ਵਾ ਅਤੇ ਬਾਕੀ ਪ੍ਰਬੰਧ ਮੱਛਰਦਾਨੀ ਦਾ ਪੂਰਾ ਵਧੀਆ ਕੀਤਾ ਹੋਇਆ ਮੱਖੀਆਂ ਮੁੱਖੀਆਂ ਤੋਂ ਜਿਵੇਂ ਕੋਈ ਮੱਖੀ ਨਾ ਆਵੇ ਅਤੇ ਇਹ ਜਿਹੜਾ ਜਾਨਵਰ ਆ ਜਾਣੀ ਜਿਹੜਾ ਘੋੜਾ ਇਹ ਮੀਟਿੰਗ ਵਾਸਤੇ ਬਿਲਕੁਲ ਤਿਆਰ ਆ ਅਤੇ ਆਪਾਂ ਬਾਈ ਨਾਲ ਪੂਰੀ ਗੱਲਬਾਤ ਕਰਦੇ ਹਾਂ ਵੀ ਇਹ ਕਿਹੜੀ ਲਾਈਨ ਦਾ ਇਹਦਾ ਨਾਮ ਕੀ ਆ ਅਤੇ ਇਹਦੀ ਏਜ਼ ਕੀ ਆ ਆਪਾਂ ਸਾਰੀ ਬਾਈ ਹੁਣਾਂ ਦਾ ਗੱਲਬਾਤ ਕਰਦੇ ਹਾਂ ਵੀ ਸ਼ੌਂਕ ਕਿਵੇਂ ਆ ਠੀਕ ਆ ਕਿਵੇਂ ਸ਼ੌਂਕ ਪਿਆ ਬਾਕੀ ਆ ਵੀ ਜਿਹੜਾ ਜਿਹੜਾ ਤੁਹਾਨੂੰ ਦਿਖਾਉਂਦਾ ਜਿਹੜਾ ਸਿਸਟਮ ਸਾਰਾ ਦੇਖੋ ਥੱਲੇ ਪਹਿਲਾਂ ਬਾਈ ਹੁਣਾਂ ਨੇ ਪਾਣੀ ਮਾਰਿਆ ਤੁਹਾਨੂੰ ਸਾਰਾ ਤੁਹਾਨੂੰ ਉਹਦੀ ਤੁਹਾਨੂੰ ਕਲੈਪ ਵਿੱਚ ਆਪਾਂ ਐਡ ਕਰ ਦੇਣੀ ਆ ਵੀ ਪਾਣੀ ਪੂਣੀ ਪਹਿਲਾਂ ਬਾਈ ਹੁਣਾਂ ਨੇ ਪੂਰਾ ਥੱਲੇ ਛਿੜਕਿਆ ਸੀਗਾ ਠੰਡੀ ਸਾਦੇ ਪਾਉਣ ਉੱਪਰ ਪੱਖੇ ਵਗੈਰਾ ਹੁਣ ਚੱਲ ਪੈਣੇ ਆ ਅਤੇ ਬਾਹਲੀ ਸਾਈਡ ਤੁਹਾਨੂੰ ਦਿਖਾਈ ਦਿੱਤੇ ਮੱਛਰਦਾਨੀ ਨਾਲ ਵਗੈਰਾ ਸਾਰੀ ਲਾਤੀ ਆ ਇਹਨੂੰ ਇੱਧਰ ਠੰਡੇ ਥਾਂ ਦੇ ਉੱਪਰ ਇੱਧਰ ਕਰ ਦੇਣਾ ਨਾਲ ਪੱਖਾ ਵੀ ਚੱਲੀ ਜਾਊਗਾ ਅਤੇ ਸਾਰੀ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਵਾ ਪਾਣੀ ਪੂਣੀ ਪਹਿਲਾਂ ਬਾਈ ਹੁਣਾਂ ਨੇ ਪੂਰਾ ਥੱਲੇ ਛਿੜਕਿਆ ਸੀਗਾ ਠੰਡੀ ਸਾਦੇ ਪਾਉਣ ਉੱਪਰ ਪੱਖੇ ਵਗੈਰਾ ਹੁਣ ਚੱਲ ਪੈਣੇ ਆ ਅਤੇ ਬਾਹਲੀ ਸਾਈਡ ਤੁਹਾਨੂੰ ਦਿਖਾਈ ਦਿੱਤੇ ਮੱਛਰਦਾਨੀ ਨਾਲ ਵਗੈਰਾ ਸਾਰੀ ਲਾਤੀ ਆ ਅਤੇ ਨਾਲ ਦੀ ਨਾਲ ਸਾਰੇ ਚਾਰੇ ਪਾਸੇ ਦਰਖਤ ਹੀ ਦਰਖਤ ਨੇ ਤਾਂ ਜੋ ਵੀ ਜਾਨਵਰ ਨੂੰ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਗਰਮੀ ਨਾ ਲੱਗੇ ਹੈ ਨਾ ਪੂਰਾ ਵਧੀਆ ਮੌਸਮ ਬਣਿਆ ਹੋਇਆ ਅਤੇ ਪੂਰਾ ਠੰਡਾ ਰਹਿੰਦਾ ਅਤੇ ਆ ਮੁੰਡਾ ਵਾ ਮੁੰਡੇ ਨਾਲ ਗੱਲਬਾਤ ਕਰਦੇ ਹਾਂ ਵੀ ਕਿਵੇਂ ਆ ਵੀ ਆੜੀ ਅਤੇ ਆੜੀ ਤੇਰਾ ਪਹਿਲਾਂ ਦਾ ਨਾਮ ਦੱਸ ਆੜੀ ਕੀ ਆ ਹਰਦੇਵ ਸਿੰਘ ਤੇਰਾ ਨਾਮ ਅਤੇ ਜਿਵੇਂ ਹੁਣ ਤੇਰਾ ਆਪਣਾ ਜਾਨਵਰ ਦੇਖ ਰਿਹਾ ਹਾਂ ਘੋੜਾ ਇਹਦਾ ਨਾਮ ਕੀ ਆ ਪਹਿਲਾਂ ਦੱਸ ਇਹਦਾ ਨਾਮ ਜੋਰਾ ਤੇ ਕਿੰਨੀ ਏਜ ਆ ਇਹਦੀ ਚਾਰ ਸਾਲ ਇੱਕ ਮਹੀਨਾ ਜਾਣੀ ਕਿ ਮੀਟਿੰਗ ਵਾਸਤੇ ਇਹ ਤਿਆਰ ਆ ਹਨਾ ਤੇ ਇਹਦੀ ਲਾਈਨ ਵਗੈਰਾ ਕਿਹੜੀ ਆ ਦੱਸ ਮੱਝੂ ਕੇ ਲਾਈਨ ਤੇ ਹੋਰ ਇਸ ਤੋਂ ਇਲਾਵਾ ਹੋਰ ਆਪਣੇ ਕੋਲ ਕਿਹੜੇ ਕਿਹੜੇ ਜਾਨਵਰ ਬਛੇਰੀ ਤੇ ਘੋੜੀ ਘੋੜੀ ਵੱਡੀ ਵੱਡੀ ਉਮਰ ਦੀ ਆ ਤੇ ਜਿਹੜੀ ਬਛੇਰੀ ਆ ਉਹ ਕਿੰਨੀ ਏਜ ਦੀ ਆ ਬਛੇਰੀ ਹੈਗੀ ਤਿੰਨ ਸਾਲ ਤਿੰਨ ਕੁ ਸਾਲ ਦੀ ਹਾਂ ਤਕਰੀਬਨ ਤਕਰੀਬਨ ਢਾਈ ਕੁ ਸਾਲ ਦੀ ਤਿੰਨ ਕੁ ਸਾਲ ਦੀ ਇੱਕ ਨਾਲ ਬੋਤੀ ਵੀ ਹੈ ਤੇ ਫਿਰ ਕਿਵੇਂ ਤੂੰ ਹੀ ਸਾਰਾ ਕੁਛ ਸਾਂਭਦਾ ਜਾਂ ਡੈਡੀ ਵੀ ਨਾਲ ਹੈਲਪ ਕਰਾ ਦਿੰਦੇ ਆ ਨਾਲ ਹੈਲਪ ਡੈਡੀ ਵੀ ਕਰਾ ਦਿੰਦਾ ਵਾ ਸਾਰੀ ਸਾਂਭ ਸੰਭਾਲ ਡੈਡੀ ਵੀ ਨਾਲ ਕਰਾਉਂਦਾ ਤੂੰ ਵੀ ਨਾਲ ਕਰਾਉਂਦਾ ਹੈ ਤੇ ਜਦੋਂ ਸਕੂਲੋਂ ਆ ਕੇ ਉਦੋਂ ਬਾਅਦ ਚ ਸਾਰੀ ਸਾਰਾ ਸਿਸਟਮ ਤੂੰ ਹੀ ਦੇਖਦਾ ਉਹਨਾਂ ਦਾ ਤੇ ਫਿਰ ਗੇੜੇ ਗੂੜੇ ਦਾ ਕਿਵੇਂ ਆ ਫਿਰ ਗੇੜਾ ਗੂੜਾ ਕਿਵੇਂ ਗੇੜਾ ਦੇ ਡਰ ਨਹੀਂ ਲੱਗਦਾ ਫਿਰ ਜੋਰੇ ਤੇ ਹਾਂ ਘਰ ਦੇ ਕੋਲੇ ਗੇੜਾ ਦੇਣਾ ਜਾਂ ਗਾਹਾਂ ਵੀ ਬਾਹਰ ਬਾਹਾਂ ਅੱਛਾ ਗਾਹਾਂ ਇਕੱਲਾ ਹੀ ਲੈ ਜਾਂਦਾ ਅੱਛਾ ਜਾਣੀ ਕਿ ਮਾਰਦਾ ਨਹੀਂ ਹੈਗਾ ਸਾਹੂ ਆ ਜਾਣੀ ਕਿ ਕਹਿ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਆਪਣਾ ਦਿਖਾ ਰਹੀ ਹੈ ਦੂਜੇ ਜਾਨਵਰ ਵੀ ਆ ਜਾ ਨਾਲ ਤੇ ਤੁਹਾਨੂੰ ਬਾਈ ਹੁਣਾਂ ਦੇ ਆਪਾਂ ਤੁਹਾਨੂੰ ਪਿੰਡ ਵੀ ਦੱਸਦੇ ਹਾਂ ਅਤੇ ਤੁਹਾਨੂੰ ਆਪਾਂ ਮੋਬਾਈਲ ਨੰਬਰ ਵੀ ਦਿੰਦੇ ਹਾਂ ਬਾਈ ਹੁਣਾਂ ਦਾ ਕਿਉਂਕਿ ਜਿਹੜਾ ਘੋੜਾ ਜੋਰਾ ਜਿਹੜਾ ਚਾਰ ਸਾਲ ਇੱਕ ਮਹੀਨੇ ਹੋ ਚੁੱਕਿਆ ਅਤੇ ਇਹ ਮੀਟਿੰਗ ਵਾਸਤੇ ਬਿਲਕੁਲ ਤਿਆਰ ਆ ਆਹ ਤਾਂ ਹੈਗੀ ਵੱਡੀ ਘੋੜੀ ਇਹਦੀ ਤਾਂ ਇਹ ਤਾਂ ਹੈਗੀ ਆ ਏਜ਼ ਬਾਹਲੀ ਜ਼ਿਆਦਾ ਏਜ਼ ਆ ਇਹ ਹੁਣ ਬਾਈ ਹੁਣੀ ਪੂਰੀ ਸਾਂਭ ਸੰਭਾਲ ਕਰ ਰਿਹਾ ਕਿਉਂਕਿ ਇਹਨਾਂ ਨੇ ਬਾਈ ਹੁਣਾਂ ਦੇ ਪਹਿਲਾਂ ਤੋਂ ਰੱਖੇ ਹੋਏ ਆ ਅਤੇ ਉਸ ਤੋਂ ਬਾਅਦ ਹੁਣ ਮੁੰਡਾ ਧਰਮਾ ਅਤੇ ਆਹ ਨਾਲ ਮੁੰਡਾ ਉਹਦਾ ਧਰਮ ਦਾ ਬੇਟਾ ਹਰਦੇਵ ਸਿੰਘ ਇਹੀ ਸਾਰੀ ਦੇਖ ਰੇਖ ਕਰਦਾ ਅਤੇ ਆਹ ਹੈਗੀ ਆ ਬਛੇਰੀ ਜਿਹੜੀ ਢਾਈ ਤੋਂ ਤਿੰਨ ਜਿਹੜੀ ਢਾਈ ਕੁ ਸਾਲ ਦੀ ਆ ਤਕਰੀਬਨ ਇਹ ਕਿਹੜੀ ਲਾਈਨ ਦੀ ਆ ਇਹ ਵੀ ਮੱਝੂ ਕੇ ਲਾਈਨ ਦੀ ਗਈ ਆ ਇਹਦਾ ਕੀ ਇਹਦਾ ਕੋਈ ਨਾਂ ਰੂ ਰੱਖਿਆ ਕਿ ਨਹੀਂ ਇਹਦਾ ਨਾਂ ਹੈ ਬਲੂਬੇਰੀ ਨਾਂ ਰੱਖਿਆ ਹੋਇਆ ਉਹਦਾ ਅੱਛਾ ਤੇ ਇਹ ਤੇ ਵੀ ਗੇੜਾ ਗੂੜਾ ਦੇਣਾ ਕਿ ਨਹੀਂ ਹਲੇ ਨਹੀਂ ਇਹ ਤੇ ਹਲੇ ਕਰਦੀ ਆ ਦੇ ਲਈਦਾ ਹੈ ਅੱਛਾ ਥੋੜੀ ਜਿਹੀ ਹਲੇ ਜਾਗ ਆ ਜਾਗ ਆ ਥੋੜੀ ਜਿਹੀ ਹਲੇ ਜੋਰੇ ਦੀ ਫੀਸ ਕਿੰਨੀ ਰੱਖੀ ਹੋਈ ਹੈ ਮੀਟਿੰਗ ਵਾਸਤੇ 21000 ਰੱਖੀ ਹੈ 21000 ਰੁਪਏ ਠੀਕ ਆ ਜੋਰੇ ਦੇ ਆਇਆ ਜੀ ਹੁਣ ਤੱਕ ਦੋ ਬੱਚੇ ਆ ਚੁੱਕੇ ਆ ਇੱਕ ਬਛੇਰਾ ਤੇ ਇੱਕ ਆ ਚੁੱਕੀ ਆ ਜੀ ਬਛੇਰੀ ਇਹਦੀ ਵੀ ਤੁਹਾਨੂੰ ਆਪਾਂ ਫੋਟੋ ਦਿਖਾ ਰਹੇ ਹਾਂ ਤੁਹਾਨੂੰ ਬਛੇਰੇ ਦੀ ਦਿਖਾਤੀ ਆ
ਹੁਣ ਤਾਂ ਬਸ਼ੀਰੀ ਦੀ ਤੁਹਾਨੂੰ ਫੋਟੋ ਦਿਖਾਉਂਦੇ ਆਪਾਂ ਜੋ ਬਣੇ ਕੱਦ ਤਾਂ ਬਹੁਤ ਜ਼ਿਆਦਾ ਫਿਰ ਤਾਂ 66 ਪਲੱਸ ਫਿਰ ਤਾਂ ਕੱਦ ਤਾਂ ਬਹੁਤ ਆ ਫਿਰ ਤਾਂ ਹੈ ਨਾ ਰੋਗੀ ਰੱਖਿਆ ਨੂੰ ਆਪਾਂ ਨੂੰ ਜਾਨਵਰਾਂ ਰੱਖਿਆ ਨੂੰ ਇਹ ਦਾਦੇ ਪੜਦਾਦਿਆਂ ਦੇ ਵੇਲੇ ਦੀ ਹੈ ਦਾਦੇ ਪੜਦਾਦਿਆਂ ਦੇ ਟਾਈਮ ਦਾ ਹੀ ਰੱਖਿਆ ਜਾਣੀ ਕਿ ਉਦੋਂ ਗਾ ਜਾਣੀ ਕਿ ਤੇ ਡੈਡੀ ਹੋਣਾ ਨੂੰ ਸ਼ੌਂਕ ਪੈ ਗਿਆ ਡੈਡੀ ਹੋਣਾ ਤੋਂ ਬਾਅਦ ਮੈਨੂੰ ਪੈ ਤੈਨੂੰ ਸ਼ੌਂਕ ਪੈ ਗਿਆ ਜਾਣੀ ਕਿ ਦਾਦੇ ਪੜਦਾ ਜਾਣੀ ਕਿ ਵੀ 50-60-70 ਸਾਲ ਹੀ ਹੋ ਗਏ ਜਾਣੀ ਕਿ ਤੁਹਾਨੂੰ ਜਾਨਵਰ ਰੱਖਦੇ ਨੂੰ ਵੱਧ ਹੀ ਹੋ ਗਏ ਨਾ ਤੇ ਰੱਖਦੇ ਨੂੰ ਇਹ ਆ ਜੀ ਫਿਰ ਇੱਕ ਵਾਰ ਚੋਰਾ ਜਿਹੜਾ ਤਕਰੀਬਨ 4 ਸਾਲ 1 ਮਹੀਨੇ ਦਾ ਹੋ ਚੁੱਕਿਆ ਵਾ ਤੇ 66 ਪਲੱਸ ਇਹਦੀ ਹਾਈਟ ਆ ਬਾਈ ਹੋਣੀ ਕਹਿੰਦੇ ਜੋਰਾ ਤੇ ਬਾਈ ਇਹ ਮੁੰਡਾ ਦੇ ਲੋ ਹਲੇ ਤੇਰੀ ਏਜ ਕਿੰਨੀ ਤੇਰੀ ਮੇਰੀ ਹੈਗੀ ਹੈ 14 ਸਾਲ 14 ਸਾਲ ਦੀ ਏਜ ਆ ਤੇ ਜਿਹੜੇ ਕੋ ਮੁੰਡਾ ਉੱਤੇ ਬੈਠ ਕੇ ਗੇੜਾ ਗੂੜਾ ਕੱਢਿਆ ਹੁੰਦਾ ਜਾਣੀ ਕਿ ਇੰਨਾ ਜ਼ਿਆਦਾ ਸਾਊਗਾ ਇਹ ਕੁਛ ਕਹਿੰਦਾ ਨਹੀਂ ਹੈਗਾ ਤੇ ਜਾਣੀ ਕਿ ਡਰਦਾ ਨਹੀਂ ਹੈਗਾ ਘਬਰਾਉਂਦਾ ਨਹੀਂ ਹੈਗਾ ਰੋਡ ਦੇ ਉੱਤੋਂ ਵੀ ਬਾਈ ਹੋਣੀ ਇਹ ਗੇੜਾ ਦੇ ਕੇ ਆਉਂਦੇ ਆ ਕਿਸੇ ਜਾਣੀ ਕਿ ਡਰਦਾ ਨਹੀਂ ਕਿਸੇ ਮੋਟਰਸਾਈਕਲ ਤੋਂ ਜਾਂ ਗੱਡੀ ਗੁੱਡੀ ਮੂਹਰੇ ਆਉਂਦੀ ਆ ਤੇ ਡਰਦਾ ਨਹੀਂ ਹੈ ਕਈ ਜਾਨਵਰ ਡਰ ਜਾਂਦੇ ਨੇ ਹੈ ਨਾ ਬਾਕੀ ਇਹਦੇ ਕੰਨ ਵਗੈਰਾ ਦੇਖੋ ਤੁਸੀਂ ਇਹਦੇ ਜੋਰੇ ਤੇ ਕੰਨ ਵਗੈਰਾ ਪੂਰੇ ਜੁੜਦੇ ਮੁੜਦੇ ਆ ਜੋਰੇ ਤੇ ਬਾਕੀ ਤੁਹਾਨੂੰ ਆਪਾਂ ਤੁਹਾਨੂੰ ਮੋਬਾਈਲ ਨਾਲ ਮੋਬਾਈਲ ਨੰਬਰ ਦਿੰਦੇ ਹਾਂ ਅਤੇ ਤੁਹਾਨੂੰ ਲੋਕੇਸ਼ਨ ਦਿੰਦੇ ਹਾਂ ਅਤੇ ਹੁਣ ਆਪਣਾ ਜਿਹੜਾ ਘੋੜਾ ਮੀਟਿੰਗ ਵਾਸਤੇ ਜਿਹੜਾ ਤਿਆਰ ਆ ਠੀਕ ਆ ਜੋਰਾ ਉਹਦਾ ਆਪਣਾ ਕੰਟੈਕਟ ਨੰਬਰ ਦਿਓ ਮੀਟਿੰਗ ਵਾਸਤੇ ਕਿਹੜਾ ਨੰਬਰ ਦਿੰਦੇ ਤੁਸੀਂ 9877174 ਇੱਕ ਹੈ 9496111 11 ਅੱਛਾ ਨੰਬਰਾਂ ਤੇ ਆਪਾਂ ਕੰਟੈਕਟ ਕਰ ਸਕਦੇ ਹਾਂ ਬਾਈ ਹੋਣਾ ਦਾ ਜਿਹੜਾ ਪਿੰਡ ਆ ਇਹ ਕੌਂਕੇ ਕਲਾਂ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਵੀਰ ਹੋਣਾ ਕੋਲ ਇਹ ਜਾਨਵਰ ਖੜ੍ਹੇ ਆ ਜਾਣੀ ਕਿ ਵੀ ਜਿਹੜਾ ਘੋੜਾ ਵਾ ਜੋਰਾ ਮੀਟਿੰਗ ਵਾਸਤੇ ਬਿਲਕੁਲ ਤਿਆਰ ਆ ਜਿਹੜੇ ਵੀ ਇਸੇ ਵੀਰ ਭਰਾ ਨੇ ਮੀਟਿੰਗ ਕਰਵਾਉਣੀ ਆ ਉਹਦੀ ਘੋੜੀ ਮਿਲਾਉਣੀ ਆ ਤਾਂ ਤੁਸੀਂ ਵੀਰ ਹੋਣਾ ਨਾਲ ਕੰਟੈਕਟ ਕਰ ਸਕਦੇ ਆ ਪਿੰਡ ਕੌਂਕੇ ਕਲਾਂ ਬਾਕੀ ਐਂ ਵੀ ਵੀਰ ਹੋਣਾ ਦਾ ਬਹੁਤ ਸੋਹਣਾ ਬਣਿਆ ਹੋਇਆ ਰਹਿਣ ਬਸੇਰਾ ਬਹੁਤ ਸੋਹਣਾ ਕੀਤਾ ਹੋਇਆ ਜਿਹੜਾ ਫਾਰਮ ਹਾਊਸ ਬਣਾਇਆ ਜਾਨਵਰ ਵਾਸਤੇ ਪੂਰਾ ਵਧੀਆ ਬਣਾਇਆ ਹੋਇਆ ਵਾ ਬਾਕੀ ਤੁਹਾਨੂੰ ਕਿਰਪਾ ਆਪਾਂ ਤੁਹਾਨੂੰ ਵਿੱਚ ਐਡ ਕਰ ਦਿੰਦੇ ਹਾਂ ਜਿਵੇਂ ਤੁਰਿਆ ਆਉਂਦਿਆਂ ਦੀਆਂ ਬਾਈ ਹੋਣਾ ਕੋਲੇ ਬੋਤੀ ਤੇ ਬਾਕੀ ਹੋ ਜਾਣ ਵੀ ਰੱਖੇ ਹੋਇਆ ਤੁਹਾਨੂੰ ਉਹਦੇ ਤੁਹਾਨੂੰ ਕਲਿੱਪਾਂ ਤੁਹਾਨੂੰ ਆਪਾਂ ਐਡ ਕਰਾਉਂਦੇ ਹਾਂ ਗਾ ਚੱਲਦੇ ਹਾਂ ਅੱਜ ਦੇਖਿਓ ਪੂਰੀ ਵੀਡੀਓ ਇਹ ਆ ਜੀ ਮੱਖਣ ਕੌਂਕੇ ਬਾਈ ਜਿਹਨਾਂ ਕੋਲੇ ਨੀਲਾ ਫਤਰਨ ਵਾਲੀਆ ਘੋੜਾ ਰਿਹਾ ਇਹ ਆ ਜੀ ਮੁੰਡੇ ਦਾ ਦਾਦਾ ਚਾਚਾ ਜਿਹੜਾ ਹਰਦੇਵ ਸਿੰਘ ਜਿਹੜਾ ਮੁੰਡਾ ਆਪਣੇ ਨਾਲ ਮੌਜੂਦ ਸੀ ਇਹ ਉਹਦਾ ਦਾਦਾ ਚਾਚਾ ਜੀ ਇਹ ਮੱਖਣ ਕੌਂਕੇ ਸਾਰੇ ਵੀਰ ਮੱਖਣ ਕੌਂਕਾ ਨਾਂ ਦੇ ਜਿੰਨੇ ਵੀ ਘੋੜੇ ਵਾਲੇ ਵੀਰ ਨੇ ਸਾਰੇ ਵੀਰ ਨੂੰ ਮੱਖਣ ਕੌਂਕਾ ਨਾਂ ਦੇ ਨਾਲ ਹੀ ਜਾਣਦੇ ਆ ਬਹੁਤ ਹੀ ਮਸ਼ਹੂਰ ਨੇ ਅਤੇ ਜੋਰੇ ਦੀ ਜਿਹੜੀ ਫੀਸ ਰੱਖੀ ਹੋਈ ਆ ਵੀਰ ਹੋਣਾ ਨੇ ਦੱਸ ਦਿੱਤਾ ਵੀ 21,000 ਰੁਪਇਆ ਰੱਖੀ ਹੋਈ ਆ ਪਿੰਡ ਕੌਂਕੇ ਕਲਾਂ ਤਹਿਸੀਲ ਜਗਰਾਓਂ ਅਤੇ ਜ਼ਿਲ੍ਹਾ ਲੁਧਿਆਣਾ ਜ਼ਰੂਰ ਸੰਪਰਕ ਕਰਿਓ ਜੀ ਬਾਈ ਹੋਣਾ ਨਾਲ ਜਿਹੜੀ ਇਹ ਵੀਡੀਓ ਬਣਾਈ ਆ ਇਹ ਤਾਂ ਆਪਾਂ ਬਿਨਾਂ ਦੱਸੇ ਤੋਂ ਵੀਰ ਕੋਲ ਚਲੇ ਗਏ ਸੀਗੇ ਆਪਣੇ ਘਰ ਤੋਂ ਥੋੜ੍ਹੇ ਹੀ ਗਾਹਾਂ ਜਾ ਕੇ ਘਰ ਆ ਵੀਰ ਦਾ ਅਤੇ ਬਾਅਦ ਵੀਰ ਨੂੰ ਜਾਣ ਕੇ ਇੱਕ ਫਾੜੀ ਲਿਆ ਮੌਕੇ 'ਤੇ ਬਸ ਕਈ ਦਿਨਾਂ ਦਾ ਮੈਂ ਕਹੀ ਜਾਂਦਾ ਯਾਰ ਬਾਹਰ ਬਾਈ ਕੋਲ ਇੱਥੇ ਛੱਡੇ ਹੁੰਦੇ ਸੀ ਬਾਹਰ ਜਾਨਵਰ ਇੱਥੇ ਆਹ ਥਾਂ ਦੇ ਉੱਤੇ ਬਾਈ ਨੇ ਬਾਗਲੇ ਸਵੇਰ ਦੇ ਟਾਈਮ ਛੱਡੇ ਹੁੰਦੇ ਆ ਇੱਥੇ ਸੁਬਹਾ ਸੁਬਹਾ ਟਾਈਮ 7-8 ਕੁ ਵਜੇ ਤਾਂ ਮੈਂ ਉੱਥੋਂ ਲੰਘਿਆ ਜਾਂਦਾ ਸੜਕ ਦੇ ਉੱਤੋਂ ਦੇਖ ਲਏ ਮੈਂ ਕਿਹਾ ਬਾਈ ਦਾ ਬਾਹਰ ਛੱਡਿਆ ਹੋਇਆ ਜਾਨਵਰ ਜੋਰਾ ਛੱਡਿਆ ਹੋਇਆ ਅਤੇ ਬਾਕੀ ਨਾਲ ਦੂਜੇ ਹੋਰ ਬਛੇਰੇ ਛੱਡੇ ਹੋਏ ਬਛੇਰੀਆਂ ਛੱਡੀਆਂ ਹੋਈਆਂ ਸੀ ਨਾਲ ਅਤੇ ਉਹਦੇ ਕਰਕੇ ਮੈਂ ਦੇਖ ਲਿਆ ਮੈਂ ਕਿਹਾ ਚੱਲ ਗੇੜਾ ਕੱਢਦੇ ਹਾਂ ਬਾਈ ਕੋਲ ਅਤੇ ਮੈਂ ਕਿਹਾ ਚੱਲ ਦੇਖਦੇ ਹਾਂ ਕਿਵੇਂ ਤੁਹਾਨੂੰ ਪਤਾ ਹੀ ਆ ਵੀ ਮੱਝੂ ਕੇ ਲਾਈਨ ਤਾਂ ਬਾਈ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਹੋ ਚੁੱਕੀ ਹੈ ਲਾਈਨ ਹੈ ਨਾ ਜਿੱਧਰ ਮਰਜ਼ੀ ਦੇਖ ਲਓ ਵੀ ਮੱਝੂ ਕੇ ਲਾਈਨ ਦੇ ਹੀ ਗਾਂਹ ਕਿੰਨੇ ਜ਼ਿਆਦਾ ਜਾਨਵਰ ਜਾਨਵਰ ਹੋ ਚੁੱਕੇ ਆ ਜਾਣੀ ਕਿ ਵੀ ਉਹਨਾਂ ਦੀ ਆਪਦੀ ਜਾਣੀ ਕਿ ਲਾਈਨ ਚੱਲੀ ਹੋਈ ਆ ਮੱਝੂ ਕੇ ਲਾਈਨ ਜਿੱਧਰ ਮਰਜ਼ੀ ਦੇਖ ਲਓ ਪੰਜਾਬ 'ਚ ਹਰਿਆਣਾ ਰਾਜਸਥਾਨ ਯੂਪੀ ਬੰਬਾ ਜਿੱਥੇ ਮਰਜ਼ੀ ਦੇਖ ਲਓ ਹੈ ਨਾ ਜਿੱਧਰ ਮਰਜ਼ੀ ਸਟੇਟ ਦੇ ਵਿੱਚ ਦੇਖ ਲਓ ਜਿਹੜੇ ਮਰਜ਼ੀ ਜਾਣੀ ਕਿ ਇਲਾਕੇ ਦੇ ਵਿੱਚ ਦੇਖ ਲਓ ਹੈ ਨਾ ਅਤੇ ਮੱਝੂ ਕੇ ਲਾਈਨ ਹੀ ਸਭ ਤੋਂ ਜ਼ਿਆਦਾ ਚੱਲ ਰਹੀ ਆ ਇਸ ਟਾਈਮ ਅਤੇ ਪੂਰੀ ਪੂਰੀ ਮਸ਼ਹੂਰ ਆ ਅਤੇ ਜਿਹੜੀ ਇਹਦਾ ਜਿਹੜਾ ਜਿਵੇਂ ਹੁਣ ਇੱਕ ਗੱਲ ਕਰਦੇ ਸੀ ਵੀ ਜਿਹੜੇ ਗਾਹਾਂ ਆਹ ਜਿਹੜਾ ਘੋੜਾ ਦਿਖਾਇਆ ਜਿਹੜਾ ਅੱਜ ਤੁਹਾਨੂੰ ਆਪਾਂ ਜੋਰਾ ਇਹਦਾ ਇੱਕ ਤਾਂ ਵਾਰਸ ਤੁਹਾਨੂੰ ਫੋਟੋ ਉੱਤੇ ਸ਼ੋਅ ਕਰ ਹੀ ਦਿੱਤੀ ਆ ਘੋੜੇ ਦੀ ਜਿਹੜੀ ਇੱਕ ਬਛੇਰੀ ਆ ਉਹ ਆਪਣੇ ਪਿੰਡ ਕੌਂਕਾ ਦੇ ਵਿੱਚ ਹੀ ਆ ਗੁਰੂ ਸਰ
ਕੌਂਕਾਂ ਦੇ ਵਿੱਚ ਆ, ਉਹਦੀ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਹਾਂ, ਦੋ ਚਾਰ ਦਿਨ ਪਹਿਲਾਂ ਪਾਈ ਸੀਗੀ, ਤੁਸੀਂ ਜਾ ਕੇ ਤੁਸੀਂ ਦੇਖ ਸਕਦੇ ਵਿੱਚ, ਠੀਕ ਆ, ਉਹ ਤੁਸੀਂ ਪਿਛਲੀ ਦੇਖ ਸਕਦੇ ਆ ਜਾ ਕੇ ਵੀਡੀਓ ਦੇ ਵਿੱਚ ਜਾ ਕੇ ਤੁਸੀਂ ਪੇਜ ਨੂੰ ਓਪਨ ਕਰੋਗੇ ਨਾਲ ਹੀ ਵੀਡੀਓ ਦੇ ਵਿੱਚ ਦੂਜੀ ਵੀਡੀਓ ਨਾਲ ਸ਼ੋਅ ਹੋ ਜਾਣੀ, ਤੁਸੀਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਚੈਨਲ ਦੇ ਵਿੱਚ। ਅਤੇ ਬਾਕੀ ਬਾਈ ਕੋਲ ਤਾਂ ਟਾਈਮ ਹੈ ਨਹੀਂ ਸੀਗਾ, ਬਿਨਾਂ ਦੱਸੇ ਹੀ ਚਲੇ ਗਏ ਸੀ, ਅਤੇ ਸੁਬਹਾ ਦੇ ਟਾਈਮ ਨਿਭਾ ਦਿੰਦੇ ਹਾਂ ਕਿਉਂਕਿ ਹੁਣ ਗਰਮੀ ਵਗੈਰਾ ਵੀ ਹੁੰਦੀ ਆ। ਅਤੇ ਜਿਹੜੇ ਵੀ ਕਿਸੇ ਵੀਰ ਭਰਾ ਦੀ ਮੀਟਿੰਗ ਕਰਾਉਣੀ ਆ ਤਾਂ 21,000 ਰੁਪਏ ਫੀਸ ਰੱਖੀ ਹੋਈ ਆ, ਅਤੇ ਬਾਈ ਹੁਣਾਂ ਦਾ ਵਿੱਚ ਮੋਬਾਈਲ ਨੰਬਰ ਆਪਾਂ ਬੋਲ ਦਿੱਤਾ ਮੁੰਡਿਆਂ ਹੁਣ ਬੱਚੇ ਮੁੰਡੇ ਦਾ ਵੀ, ਅਤੇ ਬਾਈ ਮੱਖਣ ਨੂੰ ਤਾਂ ਸਾਰੇ ਜਾਣਦੇ ਮੱਖਣ ਕੌਂਕਿਆਂ ਵਾਲਾ, ਠੀਕ ਆ ਜੀ, ਸਾਰੇ ਜਾਣਦੇ ਬਾਈ ਨੂੰ, ਜਿੰਨੇ ਵੀ ਘੋੜਿਆਂ ਵਾਲੇ ਵੀਰ ਨੇ ਸਾਰੇ ਬਾਈ ਮੱਖਣ ਨੂੰ ਕੌਂਕਿਆਂ ਵਾਲੇ ਨੂੰ ਜਾਣਦੇ ਜਾਣ ਚੰਗੀ ਤਰ੍ਹਾਂ ਜਾਣਦੇ ਆ। ਅਤੇ ਇਹ ਕੌਂਕਿਆਂ ਵਾਲੇ ਰਾਹ ਦੇ ਕੇਲੀ ਵਾਲਾ ਰਾਹ ਵੱਜਦਾ, ਕੌਂਕੇ ਪਿੰਡ ਕੌਂਕੇ ਕਲਾ ਪਿੰਡ ਕੇਲੀ ਵਾਲਾ ਰਾਹ, ਉੱਧਰਲੀ ਸਾਡੇ ਵੀਰ ਹੁਣਾਂ ਦਾ ਯਾਨੀ ਕਿ ਘਰ ਆ ਜਾਂਦਾ ਵਾ, ਜਿਹੜੇ ਕਿਸੇ ਵੀਰ ਭਰਾਏ ਨੇ ਵੀਰ ਨੇ ਮੀਟਿੰਗ ਕਰਵਾਉਣੀ ਆ, ਘੋੜੀ ਮਿਲਾਉਣੀ ਆ, ਤਾਂ ਵੀਰ ਹੁਣਾਂ ਤੁਸੀਂ ਵੀਰੇ ਸੰਪਰਕ ਕਰ ਸਕਦੇ, 21,000 ਰੁਪਏ ਫੀਸ ਰੱਖੀ ਹੋਈ ਆ। ਅਤੇ ਜਾਂ ਵੀ ਪਤਾ ਲੱਗਿਆ ਜੇ ਤੁਸੀਂ ਕੌਂਕ ਪਿੰਡ ਦੇ ਵਿੱਚ ਆ ਜਿਓ, ਤੁਹਾਨੂੰ ਵੀਰ ਹੁਣੀ ਘਰ ਸਮਝਾ ਦੇਣਗੇ, ਜਾਂ ਇੱਥੇ ਪਾਤਸ਼ਾਹੀ ਛੇਵੀਂ ਦਾ ਗੁਰਦੁਆਰਾ ਸਾਹਿਬ ਆ ਜੀ, ਇੱਕ ਪਾਤਸ਼ਾਹੀ ਛੇਵੀਂ ਗੁਰੂ ਸਰ ਪਿੰਡ ਦੇ ਵਿੱਚ, ਜੇ ਆਪਾਂ ਜੀ ਡੀ ਰੋਡ ਤੋਂ ਆਉਂਦੇ ਹਾਂ ਮੋਗਾ ਲੁਧਿਆਣੇ ਸਾਈਡ ਤੋਂ ਆਉਂਦੇ ਹਾਂ ਤਾਂ ਪਿੰਡ ਆਪਣਾ ਗੁਰੂ ਸਰ ਕੌਂਕ ਹੈ, ਉੱਥੇ ਕੋਲ ਗੁਰਦੁਆਰਾ ਸਾਹਿਬ ਆ, ਤਾਂ ਉਹਦੇ ਨਾਲ ਦੀ ਸੜਕ ਮੁੜਦੀ ਆ, ਉਹ ਸਿੱਧੀ ਵੀਰ ਦੇ ਘਰਾਂ ਵਾਂਗ ਚਲੀ ਜਾਂਦੀ ਆ। ਬਾਕੀ ਜੇ ਨਾ ਪਤਾ ਲੱਗਾ ਤੁਸੀਂ ਵੀਰ ਹੁਣ ਤੁਸੀਂ ਫਿਰ ਆਪਦੀ ਲੋਕੇਸ਼ਨ ਮੰਗਾ ਲਿਓ।